ਅਸੀਂ ਗੱਲ ਕਰਾਂਗੇ ਟਾਈਪ 1 ਡਾਇਬੀਟੀਜ਼ ਦੀ। ਇਹ ਡਾਇਬੀਟੀਜ਼ ਦੀ ਇੱਕ ਕਿਸਮ ਹੈ ਜਿਸ ਵਿੱਚ ਸਰੀਰ ਵਿੱਚ ਪੈਂਕਰੀਆਸ ਇੰਸੂਲਿਨ ਨਾਮਕ ਹਾਰਮੋਨ ਬਣਾਉਣਾ ਬਿਲਕੁਲ ਬੰਦ ਕਰ ਦਿੰਦਾ ਹੈ ਜਾਂ ਬਹੁਤ ਘੱਟ ਬਣਾਉਂਦਾ ਹੈ, ਜਿਸ ਕਰਕੇ ਇੰਸੂਲਿਨ ਦਾ ਕੰਮ ਬਹੁਤ ਘੱਟ ਜਾਂਦਾ ਹੈ, ਜੋ ਕਿ ਸਰੀਰ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਐਨਰਜੀ ਵਿੱਚ ਬਦਲਦਾ ਹੈ। ਸਰੀਰ ਵਿੱਚ ਇੰਸੂਲਿਨ ਨਾ ਹੋਣ ਕਰਕੇ ਅਤੇ ਸ਼ੂਗਰ ਦੀ ਮਾਤਰਾ ਬਹੁਤ ਵੱਧ ਜਾਣ ਕਰਕੇ ਕਾਫੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਸ ਤਰ੍ਹਾਂ ਕਿ ਅੰਗ ਪੈਰਾਂ ਦਾ ਸੁੰਨ ਪੈ ਜਾਣਾ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣੀ, ਭਾਰ ਘਟਣਾ, ਜ਼ਖਮ ਦਾ ਜਲਦੀ ਨਾ ਭਰਨਾ। ਟਾਈਪ 1 ਡਾਇਬਟੀਜ਼ ਜ਼ਿਆਦਾਤਰ ਬੱਚਿਆਂ ਵਿੱਚ ਅਤੇ ਜਵਾਨਾਂ ਵਿੱਚ ਹੁੰਦੀ ਹੈਗੀ ਹੈ ਅਤੇ ਇਸ ਦਾ ਇਲਾਜ ਸਿਰਫ ਇੰਸੂਲਿਨ ਹੀ ਹੈ।